ਸਤਿ ਸ੍ਰੀ ਅਕਾਲ ਪੰਜਾਬ ਮਿਲ ਯੂਐਸਏ ਟੀਵੀ ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਚੋਣ ਦੰਗਲ ਦੀਆਂ ਦਿਲਚਸਪ ਤੇ ਰੋਚਕ ਜਾਣਕਾਰੀਆਂ ਨਾਲ ਮੈਂ ਹਾਂ ਪੰਕਜ ਤੇ ਲਓ ਜੀ ਪੇਸ਼ ਹੈ ਪ੍ਰੋਗਰਾਮ ਚੋਣ ਦੰਗਲ ਆਪ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਨੇ ਭਗਵੰਤ ਮਾਨ ਭਗਵੰਤ ਮਾਨ ਨੂੰ ਆਪ ਦੇ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਪੰਜਾਬ ਆਪ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਭਗਵੰਤ ਮਾਨ 16 ਮਾਰਚ ਨੂੰ ਪੰਜਾਬ ਦੇ 17ਵੇਂ ਮੁੱਖ ਮੰਤਰੀ ਵੱਜੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੜਕਟ ਕਰਾ ਵਿਖੇ ਸੋਚਕਣਗੇ ਆਪਨੇ ਕਿਹਾ ਕਿ ਭਗਵੰਤ ਮਾਨ ਨੇ ਅੱਜ ਦਿੱਲੀ ਵਿਖੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਉਹਨਾਂ ਕੱਲ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਵਾ ਵੀ ਪੇਸ਼ ਕੀਤਾ। ਬੇਸ਼ੱਕ ਸਾਡੀ ਪਾਰਟੀ ਦੇ 92 ਵਿਧਾਇਕ ਚੁਣੇ ਗਏ ਨੇ ਪਰ ਕਾਨੂੰਨ ਅਨੁਸਾਰ ਇਹਨਾਂ ਵਿੱਚੋਂ ਸਿਰਫ 17 ਕੈਬਨਿਟ ਮੰਤਰੀ ਬਣ ਸਕਦੇ ਨੇ। ਲਿਹਾਜ਼ਾ ਬਾਕੀ ਵਿਧਾਇਕਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਏਗਾ। ਇਹ ਵਿਚਾਰ ਕੇਜਰੀਵਾਲ ਜੀ ਨੇ। ਉਹਨਾਂ ਨੇ ਕਿਹਾ ਕਿ ਅੱਜ ਦੇਰ ਸ਼ਾਮ ਮੁਹਾਲੀ ਵਿਛਲੇ ਫੇਜ਼ 11 ਦੇ ਰੈਡੀਸਨ ਹੋਟਲ ਵਿਖੇ ਪੰਜਾਬ ਦੇ ਵਣਨ ਜਾ ਰਹੇ ਸਤਾਰਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਸਮੂਹ ਵਿਧਾਇਕਾਂ ਨਾਲ ਸੌਚ ਚੱਕ ਸਮਾਗਮ ਤੋਂ ਪਹਿਲਾਂ ਕੀਤੀ ਪਲੇਠੀ ਮੀਟਿੰਗ ਦੌਰਾਨ ਕੁਝ ਵਿਚਾਰ ਰੱਖੇ ਉਹਨਾਂ ਨੇ ਕਿਹਾ ਕਿ 17 ਮਾਰਚ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਾਸੀਆਂ ਦਾ ਧੰਨਵਾਦ ਕਰਨ ਲਈ ਪਹੁੰਚ ਰਹੇ ਨੇ ਅਤੇ ਇਸ ਦੌਰਾਨ ਸਾਰੇ ਵਿਧਾਇਕ ਕੇਜਰੀਵਾਲ ਦੀ ਹਾਜ਼ਰੀ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਗਿਆਣਾ ਮੰਦਰ ਅਤੇ ਰਾਮ ਤੀਰਤ ਮੰਦਰ ਵਿਖੇ ਮੱਤਾ ਟੇਕਣ ਉਪਰੰਤ ਲੋਕਾਂ ਦਾ ਧੰਨਵਾਦ ਕਰਨ ਲਈ ਰੋਡ ਸ਼ੋਅ ਵੀ ਕਰਨਗੇ ਇਸ ਤੋਂ ਪਹਿਲਾਂ ਸਮੂਹ ਵਿਧਾਇਕਾਂ ਵੱਲੋਂ ਭਗਵੰਤ ਮਾਨ ਨੂੰ ਵਿਧਾਇਕੀ ਦਲ ਦਾ ਨੇਤਾ ਚੁਣ ਲਿਆ ਗਿਆ ਇਸ ਤੋਂ ਬਾਅਦ ਭਗਵੰਤ ਮਾਨ ਨੇ ਦੱਸਿਆ ਕਿ ਉਹ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਕੋਲ ਆਪਣਾ ਦਾਵਾ ਪੇਸ਼ ਕਰਨਗੇ ਉਹਨਾਂ ਦੱਸਿਆ ਕਿ 16 ਮਾਰਚ ਨੂੰ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦਾ ਸਹਜਕ ਸਮਾਗਮ ਕਿਸੇ ਖੇਡ ਮੈਦਾਨ ਜਾਂ ਸਟੇਡੀਅਮ ਦੀ ਬਜਾਏ ਸ਼ਹੀਦਾਂ ਦੇ ਪਿੰਡ ਖਟਕੜ ਕਲਾ ਵਿਖੇ ਕਰਵਾਇਆ ਜਾ ਰਿਹਾ ਹੈ ਮਾਨ ਨੇ ਆਪ ਦੇ ਸਮੂਹ ਜੇਤੂ ਵਿਧਾਇਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਕਿਸੇ ਦਾਲ ਵੀ ਭੇਦਭਾਵ ਨਾ ਕਰਦੇ ਹੋਏ ਆਪੋ ਆਪਣੇ ਹਲਕੇ ਅੰਦਰ ਉਹਨਾਂ ਲੋਕਾਂ ਲਈ ਆਵਾਜ਼ ਬੁਲੰਦ ਕਰਨਗੇ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਕਿਉਂਕਿ ਉਹ ਪੂਰੇ ਹਲਕੇ ਦੇ ਵਿਧਾਇਕ ਹਨ ਮਾਨ ਨੇ ਅੱਗੇ ਕਿਹਾ ਕਿ ਜਦੋਂ ਅੱਜ ਉਹ ਦਿੱਲੀ ਲਈ ਰਵਾਨਾ ਹੋਏ ਤਾਂ ਰਸਤੇ ਵਿੱਚ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਪਰ ਮਾਨ ਨੇ ਇਹ ਨਹੀਂ ਦੱਸਿਆ ਪਤਾ ਕਿਸ ਤਰ੍ਹਾਂ ਲਾਉਣਗੇ ਕਿ ਕਿਹਨਾਂ ਲੋਕਾਂ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਮਾਨ ਨੇ ਆਪਣੇ ਸਮੂਹ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਚੰਡੀਗੜ੍ਹ 'ਚ ਰਹਿਣ ਦੀ ਬਜਾਏ ਆਪਣੇ ਹਲਕਿਆਂ ਦੀਆਂ ਤਹਿਸੀਲਾਂ, ਥਾਣਿਆਂ, ਅਦਾਲਤਾਂ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ। ਮਾਨ ਨੇ ਕਿਹਾ ਕਿ ਲੋਕਾਂ ਨੂੰ ਆਪ ਦੇ ਵਿਧਾਇਕਾਂ ਤੋਂ ਬਹੁਤ ਉਮੀਦਾਂ ਨੇ ਅਤੇ ਹੁਣ ਸਾਡਾ ਫਰਜ਼ ਹੈ ਕਿ ਅਸੀਂ ਲੋਕਾਂ ਦੀਆਂ ਇਹਨਾਂ ਉਮੀਦਾਂ ਤੇ ਖਰੇ ਉਤਰੀਏ। ਭਗਵੰਤ ਮਾਨ ਨੇ ਕਿਹਾ ਕਿ ਸਾਰੇ ਬਾਦਲ ਚੰਨੀ, ਸਿੱਧੂ ਮਜੀਠੀਆ, ਬੇਰਕਾ ਮਲੂਕਾ ਤੇ ਹੋਰ ਜਿਹੜੇ ਦਿਗਜਾਂ ਨੂੰ ਲੋਕਾਂ ਨੇ ਹਰਾਇਆ ਹੈ ਉਹ ਇਸ ਕਰਕੇ ਹਾਰੇ ਨੇ ਕਿਉਂਕਿ ਉਹ ਲੋਕ ਵਿਸ਼ਵਾਸ ਖੋ ਚੁੱਕੇ ਸਨ ਅਤੇ ਹੁਣ ਲੋਕਾਂ ਨੇ ਆਪ ਦੇ ਵਿਸ਼ਵਾਸ ਜਤਾਉਂਦੇ ਹੋਏ ਇੰਨੇ ਵੱਡੇ ਬਹੁਮਤ ਨਾਲ ਜਤਾਇਆ ਹੈ। ਲਿਹਾਜ਼ਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉੱਤਰੀਏ। ਮਾਨ ਨੇ ਕਿਹਾ ਕਿ ਕੇਜਰੀਵਾਲ ਨੇਤਾ ਲਿਖ ਕੇ ਦਿੱਤਾ ਸੀ ਕਿ ਚੰਨੀ ਦੋਵਾਂ ਸੀਟਾਂ ਤੋਂ ਚੋਣ ਹਾਰਨਗੇ ਅਤੇ ਪੰਜਾਬ ਦੇ ਲੋਕਾਂ ਨੇ ਇਹ ਕਰਕੇ ਦਿਖਾਇਆ ਹੈ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਸਹਿ ਇੰਚਾਰਜ ਰघव ਝੱਡਾ ਵੀ ਹਾਜ਼ਰ ਸਨ। ਚੋਣ ਦੰਗਲ 2022 ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਦਿੱਲੀ ਵਿਖੇ ਪਾਰਟੀ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ सिसोदिया ਨਾਲ ਕੇਜਰੀਵਾਲ ਦੀ ਹਾਸ਼ ਤੇ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੌਰਾਨ ਭਗਵੰਤ ਮਾਨ ਨੇ ਕੇਜਰੀਵਾਲ ਦੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਲਿਆ ਅਤੇ ਨਾਲ ਹੀ ਕੇਜਰੀਵਾਲ ਨੇ ਗਲੇ ਮਿਲ ਕੇ ਮਾਨ ਦਾ ਨਿਗਾਹ ਸਵਾਗਤ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਕੇਜਰੀਵਾਲ, सिसोदिया ਅਤੇ ਪਾਰਟੀ ਦੇ 50 ਮਾਮਲਿਆਂ ਬਾਰੇ ਸਹਿ ਇੰਚਾਰਜ ਰਾਗਵ ਚੱਡਾ ਨਾਲ ਮੀਟਿੰਗ ਕਰਕੇ ਅੱਗੇ ਦੀ ਰਣਨੀਤੀ ਬਾਰੇ ਚਰਚਾ ਕੀਤੀ। ਭਗਵੰਤ ਮਾਨ ਨੇ 16 ਮਾਰਚ ਨੂੰ ਮੁੱਖ ਮੰਤਰੀ ਵੱਜੋਂ ਸੌਂ ਚੱਕਣ ਲਈ ਹੋਣ ਵਾਲੇ ਸਵਾਗਤ ਵਿੱਚ ਕੇਜਰੀਵਾਲ ਨੂੰ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਹੈ। ਜਾਣਕਾਰੀ ਮੁਤਾਬਕ ਭਗਵੰਤ ਮਾਨ ਤੋਂ ਇਲਾਵਾ ਹੋਰ 99 ਆਪ ਆਗੂਆਂ ਨੇ ਵੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਹੁਣ ਗੱਲ ਕਰਦੇ ਹਾਂ ਮੰਤਰੀ ਮੰਡਲ ਵੱਲੋਂ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਵੀ ਕੀਤੀ ਗਈ ਹੈ। ਪੰਜਾਬ ਮੰਤਰੀ ਮੰਡਲ ਦੀ ਬੈਠਕ ਦੇ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਜ ਭਵਨ ਜਾ ਕੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨਾਲ ਮੁਲਾਕਾਤ ਕੀਤੀ ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ ਇਸ ਮਗਰੋਂ ਪੰਜਾਬ ਦੇ ਰਾਜਪਾਲ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 174 ਦੀ ਧਾਰਾ 2 ਦੀ ਉਪ ਧਾਰਾ 20 ਦੁਆਰਾ ਉਹਨਾਂ ਨੂੰ ਦਿੱਤੀਆਂ ਸ਼ਕਤੀਆਂ ਦੀ ਪਾਲਣਾ ਕਰਦਿਆਂ 11 ਮਾਰਚ 2022 ਦੀ ਦੁਪਹਿਰ ਤੋਂ 15ਵੀਂ ਪੰਜਾਬ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਜਿਸ ਜ਼ਿਕਰ ਹੋ ਗਿਆ ਕਿ ਸਰਦਾਰ ਚੰਨੀ ਨੇ ਦੋ ਵਿਧਾਨ ਸਭਾ ਹਲਕਿਆਂ ਚਮਕੌਰ ਸਾਹਿਬ ਅਤੇ ਪਧੌੜ ਤੋਂ ਚੋਣ ਲੜੀ ਸੀ ਪਰ ਉਹ ਇਹਨਾਂ ਦੋਵੇਂ ਹਲਕਿਆਂ 'ਚ ਹਾਰ ਗਏ। ਸੂਬੇ 'ਚ ਆਪ ਨੂੰ ਬਹੁਮਤ ਮਿਲਣ ਮਗਰੋਂ ਅੱਜ ਮੁੱਖ ਮੰਤਰੀ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਸਦਕੇ ਰਾਜਪਾਲ ਬਨਵਾਰੀ ਲਾਲਪ੍ਰੋਹਿਤ ਨੂੰ 15ਵੀਂ ਪੰਜਾਬ ਵਿਧਾਨ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਨੂੰ ਰਾਜਪਾਲ ਨੇ ਪ੍ਰਵਾਨ ਕਰਦਿਆਂ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਵੀ ਹਾਜ਼ਰ ਸਨ। ਤੋ ਹੁਣ ਗੱਲ ਕਰਦੇ ਆ ਇੱਕ ਨਵੇਂ ਉੱਭਰੇ ਮੁੱਦੇ ਬਾਰੇ ਜੋ ਹੈ ਪੰਜਾਬ ਵਿੱਚ ਨਗਰ ਨਿਗਮ ਦੀਆਂ ਚੋਣਾਂ ਜਲਦੀ ਕਰਵਾਈਆਂ ਜਾ ਸਕਦੀਆਂ ਨੇ ਪੰਜਾਬ ਵਿਧਾਨ ਸਭਾ ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੁਣ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਜਲਦ ਕਰਵਾਉਣ ਦੀ ਯੋਜਨਾ ਬਣਾ ਲਈ ਹੈ ਇਸ ਦੇ ਹਿਸਾਬ ਨਾਲ ਜਲੰਧਰ ਤੇ ਹੋਰਨਾ ਸ਼ਹਿਰਾਂ ਦੀਆਂ ਨਿਗਮ ਚੋਣਾਂ ਤਿੰਨ ਚਾਰ ਮਹੀਨਿਆਂ ਦੇ ਅੰਦਰ ਕਰਵਾਈਆਂ ਜਾ ਸਕਦੀਆਂ ਨੇ ਇਹ ਜਾਣਕਾਰੀ ਪੰਜਾਬ ਆਪ ਮਾਮਲਿਆਂ ਦੇ ਇੰਚਾਰਜ ਰਾਗਵ ਚੱਡਾ ਦੇ ਨੇੜਲੇ ਸੂਤਰਾਂ ਨੇ ਦਿੱਤੀ ਜਿਨ੍ਹਾਂ ਦੱਸਿਆ ਕਿ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਇਨੀ ਦਿਨੀ ਆਪ ਦੇ ਪੱਖ ਵਿੱਚ ਲਹਿਰ ਬਣੀ ਹੋਈ ਹੈ ਉਸ ਦਾ ਭਰਪੂਰ ਫਾਇਦਾ ਚੁੱਕਿਆ ਜਾਏ ਪਤਾ ਲੱਗਾ ਹੈ ਕਿ ਅਗਲੇ ਹਫਤੇ ਸਰਕਾਰ ਦੇ ਗਠਨ ਸੌਂ ਚੁੱਕ ਅਤੇ ਮੰਤਰੀ ਮੰਡਲ ਦੀ ਪ੍ਰਕਿਰਿਆ ਤੋਂ ਨਿਪਟਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਮੰਥਨ ਸ਼ੁਰੂ ਕਰ ਸਕਦੇ ਨੇ ਉਹ ਜਿਸ ਮਾਮਲੇ ਵਿੱਚ ਹੋਮਵਰਕ ਕੀਤਾ ਜਾ ਚੁੱਕਾ ਹੈ ਪਾਰਟੀ ਸੂਤਰ ਦੱਸਦੇ ਹਨ ਕਿ ਵਿਧਾਨ ਸਭਾ ਚੋਣਾਂ ਵਾਂਗ ਨਿਗਮ ਚੋਣਾਂ ਦੀ ਕਮਾਨ ਵੀ ਸਿੱਧੀ ਰਾਗਾ ਚੱਡਾ ਦੇ ਹੱਥ ਵਿੱਚ ਹੀ ਹੋਏਗੀ ਅਤੇ ਅਜਿਹੀ ਸਥਿਤੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਜਾ ਸਕਦੇ ਨੇ ਉਂਝ ਆਪ ਦੇ ਜਿੱਤੇ ਹੋਏ ਵਿਧਾਇਕਾਂ ਤੇ ਹਲਕਾ ਇੰਚਾਰਜ ਦੀ ਭੂਮਿਕਾ ਵੀ ਨਿਗਮ ਚੋਣਾਂ ਵਿੱਚ ਪੂਰੀ ਤਰ੍ਹਾਂ ਪ੍ਰਭਾਵੀ रहेगी ਅਤੇ ਟਿਕਟਾਂ ਦੀ ਵੰਡ ਤੱਕ ਉਹਨਾਂ ਦੀ ਸਲਾਹ ਨਾਲ ਹੀ ਹੋ ਸਕਦੀ ਆਪ ਸੂਤਰਾਂ ਦੀ ਮੰਨੀਏ ਤਜਲੰਦਰ ਨਿਗਮ ਦੇ ਕਈ ਕਾਂਗਰਸੀ ਕਾਉਂਸਲਰ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਨੂੰ ਤਿਆਰ ਬੈਠੇ ਨੇ ਅਜਿਹਾ ਲਗਭਗ 7-8 ਕਾਂਗਰਸੀ ਕਾਉਂਸਲਰਾਂ ਦੀ ਇੱਕ ਮੀਟਿੰਗ ਦਿੱਲੀ ਦੇ 5 ਸਟਾਰ ਹੋਟਲ ਵਿੱਚ ਆਪ ਲੀਡਰਸ਼ਿਪ ਨਾਲ ਕਰਵਾਈ ਜਾ ਚੁੱਕੀ ਹੈ ਆਪ ਅਗਵਾ ਦੇ ਇਸ਼ਾਰੇ ਤੇ ਹੀ ਇਹਨਾਂ ਕਾਂਗਰਸੀ ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਦਾ ਵਿਧਾਨ ਸਭਾ ਚੋਣਾਂ ਵਿੱਚ ਵਿਰੋਧ ਕੀਤਾ ਅਤੇ ਸ਼ਰੇਆਮ ਦੂਜੀ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਤੱਕ ਕੀਤੀ ਕਾਂਗਰਸੀ ਕੌਂਸਲਰਾਂ ਦੀ ਬਗਾਵਤ ਦੇ ਕਾਰਨ ਹੀ ਰਾਜੇਂਦਰ 베ਰੀਆ ਤੇ ਸੁਸ਼ੀਲ ਰਿੰਕੂ ਵਰਗੇ ਤਾਕਤਵਰ ਮੰਨੇ ਜਾ ਰਹੇ ਵਿਧਾਇਕਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਪ੍ਰਗਟ ਸਿੰਘ ਤੇ ਬਾਬਾ ਹੈਂਦਰੀ ਵੀ ਬੜੀ ਮੁਸ਼ਕਲ ਨਾਲ ਆਪਣੀਆਂ ਸੀਟਾਂ ਬਚਾ ਸਕੇ ਆ ਆਮ ਆਦਮੀ ਪਾਰਟੀ ਦੇ ਦਿੱਲੀ ਸਥਿਤ ਸੂਤਰਾਂ ਦੀ ਮੰਨੀਏ ਤਾਂ ਜਲੰਧਰ ਨਿਗਮ ਤੋਂ ਕਾਂਗਰਸ ਦੇ ਲਗਭਗ 1.5 ਦਰਜਨ ਕਾਉਂਸਲਰ ਆਪ ਵਿੱਚ ਜਾਣ ਨੂੰ ਬਿਲਕੁਲ ਤਿਆਰ ਬੈਠੇ ਨੇ ਪਰ ਜਿਸ ਤਰ੍ਹਾਂ ਦੀ ਜਿੱਤ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹੈ ਉਸ ਤੋਂ ਇਹ ਮੰਨਿਆ ਜਾ ਰਿਹਾ ਕਿ ਪਾਰਟੀ 6 ਜਾਂ 8 ਕਾਂਗਰਸੀ ਕਾਉਂਸਲਰ ਨੂੰ ਹੀ ਆਪ ਦੀ ਟਿਕਟ ਦੇਗੀ ਜੇਕਰ ਉਸ ਤੋਂ ਵੱਧ ਕਾਂਗਰਸਾਂ ਨੂੰ ਆਪ ਵਿੱਚ ਐਡਜਸਟ ਕੀਤਾ ਜਾਂਦਾ ਤਾਂ ਪਾਰਟੀ ਕੈਂਡਰ ਵਿੱਚ ਨਮੋਸ਼ੀ ਛਾ ਸਕਦੀ ਹੈ ਹੁਣ ਆਮ ਆਦਮੀ ਪਾਰਟੀ ਨੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਜਿਹੜੇ 117 ਉਮੀਦਵਾਰ ਖੜੇ ਕੀਤੇ ਨੇ ਉਹਨਾਂ ਵਿੱਚੋਂ 56 ਜਿਹੇ ਸਨ ਜਿਹੜੀਆਂ ਦੂਜੀਆਂ ਪਾਰਟੀਆਂ ਤੋਂ ਆਏ ਸਨ ਅਤੇ ਉਹਨਾਂ ਨੂੰ ਟਿਕਟ ਮਿਲੀ। ਪਤਾ ਲੱਗਾ ਹੈ ਕਿ ਜਲੰਧਰ ਦੇ ਕਈ ਕਦਾਵਰ ਕਾਂਗਰਸੀ ਵੀ ਇਸ ਸਮੇਂ ਆਪ ਆਗੂਆਂ ਦੇ ਸੰਪਰਕ ਵਿੱਚ ਨੇ ਅਤੇ ਜਲਦੀ ਉਹ ਪਾਲਾ ਬਦਲ ਸਕਦੇ ਨੇ। ਚੋਣ ਦੰਗਲ 2022 ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਹਾਰ ਸਵੀਕਾਰ ਕਰ ਲਈ। ਤੇ ਉਸ ਤੋਂ ਬਾਅਦ ਇੱਕ ਬਿਆਨ ਵੀ ਦੇ ਦਿੱਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਜਦੋਂ ਦਾ ਹੋਇਆ ਹੈ। ਇਨਾ ਵਿੱਚ ਆਪ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਪੰਜਾਬ ਚ ਜਿੱਤ ਦਰਜ ਕੀਤੀ ਹੈ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ 4 ਸੀਟਾਂ ਤੇ ਕਾਂਗਰਸ ਨੂੰ 18 ਸੀਟਾਂ ਹਾਸਲ ਹੋਈਆਂ ਨੇ ਸੁਖਵੀਰ ਸਿੰਘ ਬਾਦਲ ਨੇ ਮੰਨਿਆ ਕਿ ਚੋਣਾਂ ਵਿੱਚ ਜੋ ਨਤੀਜੇ ਆਏ ਅਜਿਹੇ ਨਤੀਜੇ ਦੀ ਕਿਸੇ ਨੂੰ ਉਮੀਦ ਹੀ ਨਹੀਂ ਸੀ ਉਹਨਾਂ ਕਿਹਾ ਕਿ ਜਨਤਾ ਦੀ ਆਵਾਜ਼ ਰੱਬ ਦੀ ਆਵਾਜ਼ ਹੈ ਅਤੇ ਜਿਸ ਨੂੰ ਸਿਰ ਝੁਕਾ ਕੇ ਅਸੀਂ ਆਪਣੀ ਹਾਰ ਸਵੀਕਾਰ ਕਰਦੇ ਹਾਂ ਜੋ ਕੱਲ ਨਤੀਜੇ ਆਏ ਨੇ ਉਹਨਾਂ ਨਤੀਜਿਆਂ ਨੂੰ ਅਸੀਂ ਸਵੀਕਾਰ ਕਰਦੇ ਹਾਂ ਉਥੇ ਉਹਨਾਂ ਨੇ ਇਹ ਵੀ ਕਿਹਾ ਕਿ ਜੰਗ ਚ ਹਰ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਗਾਇਆ ਅੱਗੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਸ਼ਾਇਦ ਸਾਡੇ 'ਚ ਕੋਈ ਕਮੀਆਂ ਹੋਣਗੀਆਂ ਜਿਹੜੀਆਂ ਅਸੀਂ ਸਮਝ ਨਹੀਂ ਸਕੀ ਹੁਣ ਅੱਗੇ ਉਹਨਾਂ ਨੂੰ ਦੂਰ ਕੀਤਾ ਜਾਏਗਾ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬੀਆਂ ਦੀ ਜਥੇਬੰਦੀ ਹੈ ਅਸੀਂ ਜੁਣਾ ਮਰਨਾ ਪੰਜਾਬੀ ਲਈ ਹੈ ਪੰਜਾਬ ਲਈ ਹੈ ਉਹਨਾਂ ਕਿਹਾ ਕਿ ਜੰਗ ਦੇ ਮੈਦਾਨ 'ਚ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ ਸਾਨੂੰ ਆਪਣੇ ਪਾਰਟੀ ਦੇ ਵਰਕਰਾਂ ਤੇ ਬੇਹਦ ਮਾਣ ਹੈ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ ਮੈਂ ਖੁਦ 6 ਮਹੀਨੇ ਹਰ ਵਿਧਾਨ ਸਭਾ ਹਲਕੇ 'ਚ ਗਿਆ ਜੰਗਾ ਜਿੱਤੀਆਂ ਵੀ ਜਾਂਦੀਆਂ ਨੇ ਅਤੇ ਹਾਰੀਆਂ ਵੀ ਜਾਂਦੀਆਂ ਨੇ ਫੌਜਾਂ ਕਾਇਮ ਰਹਿੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਸੋਮਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਜਿੱਥੇ ਹਾਰ ਤੇ ਮੰਥਨ ਕੀਤਾ ਜਾਏਗਾ ਪਰ ਉਹਨਾਂ ਇਹ ਨਹੀਂ ਦੱਸਿਆ ਕਿ ਇਹ ਜੰਗ ਕਿਸ ਨਾਲ ਸੀ ਇਹ ਜੰਗ ਪੰਜਾਬ ਦੇ ਲੋਕਾਂ ਨਾਲ ਸੀ ਪੰਜਾਬ ਦੀਆਂ ਬਾਕੀ ਪਾਰਟੀਆਂ ਨਾਲ ਸੀ ਕਿ ਉਹਨਾਂ ਦੇ ਆਪਣੇ ਵਕਾਰ ਨਾਲ ਸੀ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਹਾਰ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਵੱਡੇ ਬਾਦਲ ਸੈਲਫਲੈਸ ਲੀਡਰ ਜੋ ਬਾਦਲ ਸਾਹਿਬ ਦੀ ਰਾਜਨੀਤੀ ਹੈ ਉਹ ਜਿੱਤ ਹਾਰ ਤੇ ਨਿਰਭਰ ਨਹੀਂ ਸੀ ਅਤਨਾਹੀ ਮੁੱਖ ਮੰਤਰੀ ਬਣਨਾ ਨਿਰਭਰ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪੰਜਾਬ ਦੇ ਹਰ ਮਸਲੇ ਤੇ ਆਪ ਦਾ ਸਮਰਥਨ ਕਰਦੇ ਰਹਿਣਗੇ ਉਹਨਾਂ ਇਹ ਵੀ ਕਿਹਾ ਕਿ ਜਿੱਥੇ ਵੀ ਆਮ ਆਦਮੀ ਪਾਰਟੀ ਨੂੰ ਕੋਈ ਸਾਡੀ ਲੋੜ ਹੋਏਗੀ ਤਾਂ ਅਸੀਂ ਉੱਥੇ ਪੋਜੀਟਿਵ ਰੋਲ ਨਿਭਾਵਾਂਗੇ ਪੰਜਾਬ ਇੱਕ ਸਰਦੀ ਸੂਬਾ ਹੈ ਭਾਈਚਾਰਕ ਸਾਂਝ ਰੱਖਣੀ ਬੇਹਦ ਜ਼ਰੂਰੀ ਹੈ ਸਾਡੀ ਆਮ ਆਦਮੀ ਪਾਰਟੀ ਨੂੰ ਪੂਰੀ ਸਪੋਰਟ ਰਹੇਗੀ ਪਰ ਸੁਖਬੀਰ ਸਿੰਘ ਬਾਦਲ ਇਹ ਦੱਸਣਾ ਭੁੱਲ ਗਏ ਕਿ ਜਿਹੜੀ ਉਹਨਾਂ ਕੋਲ ਮੰਤ ਕੀਤੀ ਜਾ ਰਹੀ ਸੀ ਦੋ ਬਾਰ ਦੀਆਂ ਚੋਣਾਂ ਵਿੱਚ ਉਹਨਾਂ ਦੀ ਸਰਸਪਸਤੀ ਹੇਠ ਹਾਰ ਹੋ ਚੁੱਕੀ ਹੈ ਤੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਜਾਂ ਨਹੀਂ ਇਸ ਬਾਰੇ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਚੋਣ ਦੰਗਲ 2022 ਪੰਜਾਬ 'ਚ ਬੰਪਰ ਜਿੱਤ ਹੋ ਗਈ ਹੈ ਆਮ ਆਦਮੀ ਪਾਰਟੀ ਦੀ ਤੇ ਇਹ ਵੀ ਕਾਸ ਲਗਾਇਆ ਜਾ ਰਿਹਾ ਹੈ ਕਿ ਹੁਣ ਇਸ ਨਾਲ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਬਹੁਤ ਵੱਡਾ ਫਾਇਦਾ ਮਿਲੇਗਾ ਕਿਉਂਕਿ ਰਾਜ ਸਭਾ 'ਚ ਇਹ ਪੰਜਵੀਂ ਵੱਡੀ ਪਾਰਟੀ ਬਣੇਗੀ ਪੰਜਾਬ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਰਾਜ ਸਭਾ 'ਚ ਵੀ ਪੰਜਵੀਂ ਪਾਰਟੀ ਬਣੇਗੀ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ 92 ਸੀਟਾਂ ਹਸਲ ਹੋਈਆਂ ਅਤੇ ਇੰਨੇ ਵਿਧਾਇਕਾਂ ਦੇ ਨਾਲ ਆਮ ਆਦਮੀ ਪਾਰਟੀ ਲਈ 6 ਮੈਂਬਰ ਰਾਜ ਸਭਾ 'ਚ ਭੇਜੇ ਜਾਣ ਦਾ ਰਸਤਾ ਬਿਲਕੁਲ ਸਾਫ਼ ਹੋ ਗਿਆ ਹੈ ਫਿਲਹਾਲ ਆਮ ਆਦਮੀ ਪਾਰਟੀ ਦੇ ਰਾਜ ਸਭਾ 'ਚ ਤਿੰਨ ਮੈਂਬਰ ਨੇ ਅਤੇ ਇਹ ਤਿੰਨ ਹੀ ਸੀਟਾਂ ਉਸ ਨੂੰ ਦਿੱਲੀ 'ਚ ਮਿਲੀ ਬੰਪਰ ਜਿੱਤ ਤੋਂ ਬਾਅਦ ਮਿਲੀਆਂ ਨੇ ਹੁਣ ਪੰਜਾਬ 'ਚ ਮਿਲੀ ਬੰਪਰ ਜਿੱਤ ਤੋਂ ਬਾਅਦ ਰਾਜ ਸਭਾ 'ਚ ਉਸ ਦੀ ਮੈਂਬਰੀ ਵੀ ਵਧੇਗੀ ਗਿਣਤੀ ਨਾ ਹੋ ਜਾਏਗੀ ਫਿਲਹਾਲ ਭਾਜਪਾ 97 ਸੀਟਾਂ ਦੇ ਨਾਲ ਰਾਜ ਸਭਾ ਚ ਸਭ ਤੋਂ ਵੱਡੀ ਪਾਰਟੀ ਹੈ ਜਦੋਂ ਕਿ ਕਾਂਗਰਸ 34 ਸੀਟਾਂ ਦੇ ਨਾਲ ਦੂਜੇ ਤ੍ਰਿਣਮੂਲ ਕਾਂਗਰਸ 13 ਮੈਂਬਰਾਂ ਦੇ ਨਾਲ ਤੀਜੇ ਡੀਐਮ 10 ਮੈਂਬਰਾਂ ਦੇ ਨਾਲ ਚੌਥੇ ਅਤੇ ਬੀਜੂ ਜਨਤਾ ਦਲ 9 ਮੈਂਬਰਾਂ ਦੇ ਨਾਲ ਪੰਜਵੇਂ ਸਥਾਨ ਤੇ ਹੈ ਹੁਣ 31 ਮਾਰਚ ਨੂੰ 6 ਸੀਟਾਂ ਦੀ ਚੋਣ ਤੇ ਜੁਲਾਈ ਚ ਹੋਣ ਵਾਲੀ ਦੋ ਸੀਟਾਂ ਦੀ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਬੀਜੇ ਦੇ ਨਾਲ ਰਾਜ ਸਭਾ ਚ ਪੰਜਵੇਂ ਨੰਬਰ ਦੀ ਪਾਰਟੀ ਹੋ ਜਾਏਗੀ ਤੇ ਇਸ ਦੇ ਨਾਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਚੋਣ ਲੜਨ ਦਾ ਇਹ ਪਹਿਲਾ ਮੌਕਾ ਮਿਲੇਗਾ ਪੰਜਾਬ ਚ ਰਾਜ ਸਭਾ ਚੋਣ ਦਾ ਐਲਾਨ ਹੋ ਚੁੱਕਾ ਹੈ ਤੇ ਪੰਜਾਬ ਚ 5 ਸੀਟਾਂ ਤੇ ਇਹ ਚੋਣ 31 ਮਾਰਚ ਨੂੰ ਹੋਣ ਜਾ ਰਹੀ ਹੈ ਜਦੋਂ ਕਿ ਦੂਜੇ ਪੜਾਵਿਆਂ 2 ਸੀਟਾਂ ਦੀ ਚੋਣ ਜੂਨ ਮਹੀਨੇ ਦੇ ਆਖਰੀ ਹਫਤੇ ਵਿੱਚ ਹੋ ਸਕਦੀ ਹੈ ਪੰਜਾਬ ਚ ਚੁਣੇ ਗਏ ਆਪ ਦੇ ਵਿਧਾਇਕਾਂ ਨੂੰ ਪਹਿਲੀ ਵਾਰ ਰਾਜ ਸਭਾ ਚ ਵੋਟ ਪਾਉਣ ਦਾ ਮੌਕਾ ਮਿਲੇਗਾ ਪਿਛਲੀ ਵਿਧਾਨ ਸਭਾ ਚੋਣਾਂ ਚ ਵੀ ਆਮ ਆਦਮੀ ਪਾਰਟੀ ਨੂੰ 20 ਸੀਟਾਂ ਹਾਸਲ ਹੋਈਆਂ ਸਨ ਅਤੇ ਸੀਟ ਸੰਖਿਆ ਦੇ ਲਿਹਾਜ਼ ਨਾਲ ਆਮ ਆਦਮੀ ਪਾਰਟੀ ਇੱਕ ਰਾਜ ਸਭਾ ਸੀਟ ਜਿੱਤ ਸਕਦੀ ਸੀ ਪਰ ਪੰਜਾਬ ਚ ਰਾਜ ਸਭਾ ਚੋਣ ਦਾ ਹਿਸਾਬ ਇਸ ਤਰ੍ਹਾਂ ਦਾ ਹੈ ਕਿ 10 ਸਾਲ ਬਾਅਦ ਹੀ ਰਾਜ ਸਭਾ ਚੋਣ ਚ ਮੈਂਬਰਾਂ ਨੂੰ ਵੋਟ ਪਾਉਣ ਦਾ ਮੌਕਾ ਮਿਲਦਾ ਹੈ। ਦੇਸ਼ ਤੇ ਹੋਰ ਸੂਬਿਆਂ ਚ ਰਾਜ ਸਭਾ ਦੀਆਂ ਸੀਟਾਂ ਲਈ ਹਰ 2 ਸਾਲ ਬਾਅਦ ਚੋਣ ਹੁੰਦੀ ਹੈ ਪਰ ਪੰਜਾਬ ਚ 1987 ਤੋਂ 1992 ਤੱਕ ਰਾਸ਼ਟਰਪਤੀ ਸ਼ਾਸਨ ਲਾਏ ਜਾਣ ਕਾਰਨ ਪੰਜਾਬ ਚ ਇਹ ਗਣਿਤ ਵਿਗੜਿਆ ਹੋਇਆ ਹੈ। ਅਤੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਹਰ 10 ਸਾਲ ਬਾਅਦ ਹੀ ਰਾਜ ਸਭਾ ਚ ਵੋਟ ਦਾ ਮੌਕਾ ਮਿਲਦਾ ਹੈ। 1987 ਚ ਵਿਧਾਨ ਸਭਾ ਭੰਗ ਹੋਣ ਕਾਰਨ ਪੰਜਾਬ ਦੇ ਵਿਧਾਇਕ ਰਾਜ ਸਭਾ ਮੈਂਬਰਾਂ ਦੀ ਚੋਣ ਨਹੀਂ ਕਰ ਸਕੇ ਸਨ ਅਦੇ ਬਾਅਦ 1992 ਚ ਸਾਰੇ ਰਾਜ ਸਭਾ ਮੈਂਬਰਾਂ ਦੀ ਚੋਣ 1992 ਚ ਹੋਈ ਸੀ। ਲਿਹਾਜ਼ਾ ਉਸ ਤੋਂ ਬਾਅਦ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ ਅਤੇ ਪੰਜਾਬ ਦੇ ਮੈਂਬਰ ਇੱਕ ਹੀ ਵਾਰ ਚੁਣੇ ਜਾਂਦੇ ਨੇ। ਰਾਜ ਸਭਾ ਦਾ ਮੈਂਬਰ ਵਿਧਾਇਕਾ ਦੀ ਵੋਟ ਨਾਲ ਤੈਅ ਹੁੰਦਾ ਹੈ। ਇਸ ਦੇ ਲਈ ਇੱਕ ਫਾਰਮੂਲੇ ਤਹਿਤ ਵਿਧਾਇਕਾ ਦੇ ਇੱਕ ਵੋਟ ਦੀ ਕੀਮਤ ਤੈਅ ਕੀਤੀ ਜਾਂਦੀ ਹੈ। ਫਾਰਮੂਲੇ ਤਹਿਤ ਵਿਧਾਨ ਸਭਾ ਚ ਕੁੱਲ ਸੀਟਾਂ ਦੀ ਗਿਣਤੀ ਨੂੰ 100 ਨਾਲ ਗੁਣਾ ਕੀਤੀ ਜਾਂਦੀ ਹੈ। ਅਤੇ ਇਸ ਤੋਂ ਬਾਅਦ ਇਸ ਨੂੰ ਉਸ ਸੂਬੇ ਦੀਆਂ ਖਾਲੀ ਹੋਣ ਵਾਲੀਆਂ ਰਾਜ ਸਭਾ ਦੀਆਂ ਸੀਟਾਂ 'ਚ ਇੱਕ ਅੰਕ ਨਾਲ ਜੋੜ ਕੇ ਕੁੱਲ ਗਿਣਤੀ ਨਾਲ ਵੰਡਿਆ ਜਾਂਦਾ ਹੈ। ਇਸ ਤੋਂ ਬਾਅਦ ਜੋ ਜਵਾਬ ਨਿਕਲੇਗਾ ਉਸ ਨੂੰ 100 ਨਾਲ ਵੰਡਿਆ ਜਾਂਦਾ ਹੈ। ਇਸ ਤੋਂ ਬਾਅਦ ਉਹਨੇ ਵਿਧਾਇਕਾ ਦੀ ਸੰਖਿਆ ਨਿਕਲਦੀ ਹੈ ਜਿਨ੍ਹਾਂ ਦਾ ਸਮਰਥਨ ਰਾਜ ਸਭਾ ਦੀ ਚੋਣ ਲਈ ਜ਼ਰੂਰੀ ਹੈ। ਪੰਜਾਬ ਦੇ ਮਾਮਲੇ 'ਚ 117 ਸੀਟਾਂ ਨੂੰ 100 ਨਾਲ ਗੁਣਾ ਕਰਨ ਤੇ ਇਹ ਸੰਖਿਆ 11700 ਆਏਗੀ ਅਤੇ ਇਸ ਤੋਂ ਬਾਅਦ ਇਸ ਨੂੰ ਪਹਿਲੇ ਪੜਾਅ 'ਚ ਖਾਲੀ ਹੋਣ ਵਾਲੀਆਂ ਸੀਟਾਂ ਦੀ ਸੰਖਿਆ 5 ਜਮਾ 1 ਨਾਲ ਵੰਡਿਆ ਜਾਏਗਾ ਤਾਂ ਇਹ 1950 ਆਏਗਾ। ਇਸ ਨੂੰ 100 ਨਾਲ ਵੰਡ ਕਰਨ ਤੇ 19.5 ਸਿਫਰ ਆਏਗਾ। ਲਿਹਾਜ਼ਾ ਇੱਕ ਰਾਜ ਸਭਾ ਮੈਂਬਰ ਲਈ ਵੀ ਵਿਧਾਇਕਾਂ ਦੀ ਵੋਟ ਦੀ ਲੋੜ ਹੋਏਗੀ। ਪੰਜਾਬ 'ਚ ਆਮ ਆਦਮੀ ਪਾਰਟੀ ਅਪ੍ਰੈਲ 'ਚ ਹੋਣ ਵਾਲੀਆਂ ਚੋਣਾਂ 'ਚ 5 'ਚੋਂ 4 ਸੀਟਾਂ ਆਸਾਨੀ ਨਾਲ ਜਿੱਤ ਸਕਦੀ ਹੈ। ਅਤੇ ਜੁਲਾਈ 'ਚ ਵੀ ਉਸ ਨੂੰ ਦੋ ਸੀਟਾਂ ਤੇ ਆਸਾਨੀ ਨਾਲ ਜਿੱਤ ਹਾਸਲ ਹੋ ਜਾਏਗੀ। ਕਾਂਗਰਸ ਨੂੰ ਇੱਕੋ ਸੀਟ ਜਿੱਤਣ ਦੇ ਲਾਲੇ ਪੈਣਗੇ। ਅਕਾਲੀ ਦਲ ਤੇ ਭਾਜਪਾ ਜ਼ੀਰੋ ਹੋਏਗੀ। ਪੰਜਾਬ 'ਚ ਰਾਜ ਸਭਾ ਦੇ 7 ਮੈਂਬਰ ਨੇ ਅਤੇ ਮੌਜੂਦਾ ਸਮੇਂ ਰਾਜ ਸਭਾ ਦੀਆਂ ਤਿੰਨ-ਤਿੰਨ ਸੀਟਾਂ ਤੇ ਕਾਂਗਰਸ ਤੇ ਇੱਕ ਸੀਟ ਤੇ ਭਾਜਪਾ ਦਾ ਕਬਜ਼ਾ ਹੈ ਪਰ ਮੌਜੂਦਾ ਹਾਲ ਸਿਰਫ ਕਾਂਗਰਸ ਹੀ ਰਾਜ ਸਭਾ ਦਾ ਇੱਕ ਮੈਂਬਰ ਜਿੱਤਣ ਦੀ ਹਾਲਤ ਹੈ ਅਤੇ ਇਸ ਦੇ ਲਈ ਵੀ ਆਪਣੇ ਮੈਂਬਰਾਂ ਨੂੰ ਇੱਕਜੁੱਟਤਾ ਰੱਖਣਾ ਬਹੁਤ ਮੁਸ਼ਕਿਲ ਹੈ ਨਾਲ ਹੀ ਦੋ ਹੋਰ ਵਿਧਾਇਕਾਂ ਦਾ ਸਮਰਥਨ ਵੀ ਹਾਸਲ ਕਰਨਾ ਪਵੇਗਾ ਕਿਉਂਕਿ ਪਹਿਲੇ ਪੜਾਅ ਦੀਆਂ ਪੰਜ ਸੀਟਾਂ ਦੀ ਚੋਣ ਲਈ ਘੱਟ ਤੋਂ ਘੱਟ 20 ਮੈਂਬਰਾਂ ਦੀ ਵੋਟ ਦੀ ਲੋੜ ਹੋਏਗੀ ਫਿਲਹਾਲ ਭਾਜਪਾ ਦੇ ਸ਼ਵੇਤ ਮਲਿਕ ਪੰਜਾਬ ਤੋਂ ਰਾਜ ਸਭਾ ਚੁਣੇ ਅਤੇ ਉਹਨਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਭਾਜਪਾ ਦਾ ਕੋਈ ਮੈਂਬਰ ਪੰਜਾਬ ਤੋਂ ਰਾਜ ਸਭਾ ਨਹੀਂ ਜਾ ਸਕਦਾ ਜਦੋਂ ਕਿ ਸ਼ੇਅਦ ਦੇ ਬਲਜਿੰਦਰ ਸਿੰਘ ਭੁੰਦੜ, ਨਰੇਸ਼ ਗੁਜਰਾਲ, ਸੁਖਦੇਵ ਸਿੰਘ ਢੀਂਡਸਾ ਅਤੇ ਕਾਂਗਰਸ ਦੇ ਅੰਬਿਕਾ ਸੋਨੀ, ਸ਼ਮਸ਼ੇਰ ਸਿੰਘ ਦੁੱਲੋ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਕਾਰਜਕਾਲ ਵੀ ਖਤਮ ਹੋ ਰਿਹਾ ਹੈ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਸੀਟ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਜ਼ਰੂਰ ਪਹੁੰਚ ਜਾਣਗੇ। ਚੋਣ ਦੰਗਲ 2022। ਹੁਣ ਗੱਲ ਕਰਦੇ ਹਾਂ ਸੰਯੁਕਤ ਸਮਾਜ ਮੋਰਚਾ ਦੀ। ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਦਿੱਲੀ ਦੀਆਂ ਹੱਦਾਂ ਤੇ ਪੂਰਾ 1 ਸਾਲ ਚੱਲੇ ਕਿਸਾਨ ਅੰਦolan ਦਾ ਦਾਅ ਚੋਣ ਜ਼ੁਬਿਆਂ 'ਚ ਨਹੀਂ ਚੱਲਿਆ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ 'ਚ ਜਿੱਥੇ ਸੱਤਾਧਾਰੀ ਭਾਜਪਾ ਸੱਤਾ ਨੂੰ ਬਰਕਰਾਰ ਰੱਖਣ 'ਚ ਸਫਲ ਰਹੀ ਉੱਥੇ ਦੂਜੇ ਪਾਸੇ ਤਬਦੀਲੀ ਦੀ ਹਨੇਰੀ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਜਿੱਤ ਹਾਸਲ ਕੀਤੀ ਮੰਨਿਆ ਜਾ ਰਿਹਾ ਹੈ ਕਿ ਵਾਪਸ ਲਏ ਗਏ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਤੇ ਚੱਲੇ ਕਿਸਾਨ ਅੰਦੋਲਨ ਦਾ ਉੱਤਰ ਪ੍ਰਦੇਸ਼ ਦੇ ਪੱਛਮੀ ਅਤੇ ਕਿਸਾਨਾਂ ਦੇ ਪ੍ਰਭਾਵ ਵਾਲੇ ਇਲਾਕਿਆਂ ਤੇ ਅਸਰ ਪਵੇਗਾ ਪਰ ਇੰਜ ਨਹੀਂ ਹੋਏਗਾ ਇਸ ਨੂੰ ਧਿਆਨ ਚ ਰੱਖਦੇ ਹਾਂ ਸਮਾਜਵਾਦੀ ਪਾਰਟੀ ਨੇ ਇਸ ਵਾਰ ਰਾਸ਼ਟਰੀ ਲੋਕ ਦਲ ਨਾਲ ਗੱਠਜੋੜ ਕੀਤਾ ਸੀ ਤਾਂ ਜੋ ਜਯੰਤ ਚੌਧਰੀ ਦੇ ਨਾਲ ਆਉਣ ਪਿੱਛੋਂ ਸਮਾਜਵਾਦੀ ਪਾਰਟੀ ਨੂੰ ਜਾਟ ਵੋਟਰਾਂ ਦੀ ਹਮਾਇਤ ਮਿਲੇਗੀ ਚੋਣ ਨਤੀਜਿਆਂ ਤੋਂ ਇਹ ਸਪੱਸ਼ਟ ਹੋ ਗਿਆ ਕਿ ਕਿਸਾਨਾਂ ਦੀ ਨਾਰਾਜ਼ਗੀ ਨੂੰ ਕੈਸ਼ ਕਰਨ ਦੇ ਸਮਾਜਵਾਦੀ ਪਾਰਟੀ ਗੱਠਜੋੜ ਅਤੇ ਕਾਂਗਰਸ ਦੇ ਯਤਨ ناکਾਮ ਸਾਬਤ ਹੋ ਗਏ ਹਨ ਚੋਣ ਪ੍ਰਚਾਰ ਦੌਰਾਨ ਵਿਰੋਧੀ ਪਾਰਟੀਆਂ ਨੇ ਕੋਵਿਡ 19 ਮਹਾਮਾਰੀ ਦੌਰਾਨ ਗੰਗਾ ਚ ਤੈਰਦੀਆਂ ਲਾਸ਼ਾਂ ਦੇ ਮੁੱਦੇ ਨੂੰ ਵੀ ਜ਼ੋਰ-ਸ਼ੋਰ ਨਾਲ ਉਠਾਇਆ ਸੀ ਪਰ ਚੋਣ ਨਤੀਜਿਆਂ ਤੋਂ ਸਪੱਸ਼ਟ ਹੈ ਚੋਣਾਂ ਦੇ ਇਸ ਦਾ ਕੋਈ ਅਸਰ ਨਹੀਂ ਪਿਆ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਚੋਣ ਪ੍ਰਚਾਰ ਦੌਰਾਨ ਲਖੀਨਪੁਰ ਖੀਰੀਚ ਕਿਸਾਨਾਂ ਨੂੰ ਮੋਟਰ ਗੱਡੀ ਨਾਲ ਕੁਚਲੇ ਜਾਣ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਦੇ ਇਹ ਚ ਸ਼ਾਮਲ ਹੋਣ ਨਾਲ ਜੁੜੇ ਦੋਸ਼ਾਂ ਦਾ ਵਿਸ਼ਾ ਵੀ ਉਠਾਇਆ ਸੀ ਪਰ ਇਸ ਜ਼ਿਲ੍ਹੇ ਦੀਆਂ ਸੀਟਾਂ ਤੇ ਭਾਜਪਾ ਨੇ ਵਧੀਆ ਪ੍ਰਦਰਸ਼ਨ ਕੀਤਾ ਉੱਤਰ ਪ੍ਰਦੇਸ਼ ਚ ਭਾਜਪਾ ਦਾ ਪ੍ਰਦਰਸ਼ਨ 2017 ਵਰਗਾ ਤਾਂ ਨਹੀਂ ਰਿਹਾ ਪਰ ਸੂਬੇ ਚ ਭਾਜਪਾ ਦੀ ਫੈਸਲਾਕੁਨ ਜਿੱਤ ਨੇ ਸਾਢੇ 3 ਦਹਾਕਿਆਂ ਤੋਂ ਵੱਧ ਸਮੇਂ ਪਿੱਛੋਂ ਕੋਈ ਮੁੱਖ ਮੰਤਰੀ ਕਾਰਜਕਾਲ ਪੂਰਾ ਹੋਣ ਪਿੱਛੋਂ ਮੁੜ ਸੱਤਾ ਚ ਆ ਰਿਹਾ ਹੈ ਭਾਜਪਾ ਉੱਤਰ ਪ੍ਰਦੇਸ਼ ਦੇ ਨਾਲ ਹੀ ਉੱਤਰਾਖੰਡ ਗੋਆ ਤੇ ਮਨੀਪੁਰ ਚ ਵੀ ਸੱਤਾ 'ਚ ਵਾਪਸੀ ਕਰ ਰਹੀ ਹੈ। ਉੱਤਰਾਖੰਡ 'ਚ ਪਹਿਲੀ ਵਾਰ ਅਜਿਹਾ ਹੋਇਆ ਕਿ ਸੂਬੇ ਦੀ ਸੱਤਾਧਾਰੀ ਪਾਰਟੀ ਨੇ ਮੁੜ ਸੱਤਾ 'ਚ ਵਾਪਸੀ ਕੀਤੀ ਹੈ। ਉੱਤਰਾਖੰਡ 'ਚ ਕਿਸਾਨਾਂ ਦੇ ਪ੍ਰਭਾਵ ਵਾਲੀਆਂ ਕਈ ਸੀਟਾਂ ਤੇ ਭਾਜਪਾ ਨੇ ਜਿੱਤ ਦਰਜ ਕੀਤੀ ਹੈ। ਕਿਸਾਨ ਅੰਦੋਲਨ ਦਾ ਅਸਰ ਪੰਜਾਬ 'ਚ ਨਜ਼ਰ ਆਇਆ ਪਰ ਇਸ ਦਾ ਪੂਰਾ ਲਾਭ ਆਮ ਆਦਮੀ ਪਾਰਟੀ ਨੂੰ ਹੋਇਆ। ਚੋਣ ਪੱਖੋਂ ਪੰਜਾਬ ਮਾਝਾ ਮਾਲਵਾ ਤੇ ਦੁਆਬਾ ਖੇਤਰਾਂ 'ਚ ਵੰਡਿਆ ਹੋਇਆ ਹੈ। ਮਾਲਵਾ 'ਚ 69 ਮਾਝਾ 'ਚ 25 ਅਤੇ ਦੁਆਬਾ 'ਚ 23 ਸੀਟਾਂ ਨੇ। ਸਭ ਤੋਂ ਵੱਧ ਸੀਟਾਂ ਵਾਲਾ ਮਾਲਵਾ ਖੇਤਰ ਕਿਸਾਨਾਂ ਦਾ ਘੜਾ ਹੈ ਪੰਜਾਬ ਦੀਆਂ ਚੋਣਾਂ 'ਚ ਇਹੀ ਇਲਾਕਾ ਫੈਸਲਾ ਕਰਨ ਭੂਮਿਕਾ ਨਿਭਾਉਂਦਾ ਹੈ ਵਿਸ਼ਲੇਸ਼ਕਾਂ ਮੁਤਾਬਕ ਆਮ ਆਦਮੀ ਪਾਰਟੀ ਦਾ ਆਧਾਰ ਵੀ ਪਿੰਡਾਂ 'ਚ ਵੱਧ ਹੈ ਪਿਛਲੀ ਵਾਰ ਉਸ ਦੀਆਂ 20 ਸੀਟਾਂ ਤੋਂ ਵਧੇਰੇ ਸੀਟਾਂ ਪਿੰਡੂ ਖੇਤਰਾਂ ਤੋਂ ਹੀ ਸਨ ਚੋਣਾਂ ਦੇ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਇਸ ਵਾਰ ਮਾਲਵਾ ਸਮੇਤ ਸਾਰੇ ਇਲਾਕਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਜਿਹਾ ਲੱਗਦਾ ਹੈ ਕਿ ਪਾਰਟੀ ਦਾ ਨਾਰਾ ਇੱਕ ਮੌਕਾ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਵਰਕਰਾਂ ਨੂੰ ਪਸੰਦ ਆ ਗਿਆ ਸੀ ਚੋਣ ਦੰਗਲ 2022 ਵਿੱਚ ਅੱਜ ਵਾਸਤੇ ਇੰਨਾ ਹੀ ਹੋਰ ਅਪਡੇਟਸ ਲਈ دیکھتے ਰਹੋ ਪੰਜਾਬ ਮੈਲ ਯੂਐਸਸੀ ਟੀਵੀ ਸਤਿ ਸ੍ਰੀ ਅਕਾਲ